YouTube ਚੈਨਲ C5 ਪੰਥ ਖਾਲਸਾ ਤੋਂ ਮੈਂ ਤੁਹਾਡਾ ਆਪਣਾ ਤਿੰਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਭਵਿੱਖ ਹੋਣੀ ਦੀ ਗੱਲ ਕਰੀਏ, ਕੁਛ ਇੱਕ ਅਚੰਬਤ ਜਿਹੀ ਵੀ ਮੈਨੂੰ ਗੱਲ ਲੱਗਦੀ ਹੈ ਅਤੇ ਸਰਸਰੀ ਜਿਹੀ ਵੀ ਲੱਗਦੀ ਹੈ। ਅਚੰਬਤ ਔਰ ਸਰਸਰੀ ਇਸ ਲਈ ਲੱਗਦੀ ਹੈ ਕਿ ਪੰਜਾਬੀ ਆਮ ਤੌਰ 'ਤੇ ਪੰਜਾਬ ਦੀ ਹੋਣੀ ਦੇ ਵਾਸਤੇ ਅਤੇ ਪੰਜਾਬ ਦੇ ਭਵਿੱਖ ਵਾਸਤੇ ਰੱਤੀ ਭਰ ਵੀ ਚਿੰਤਤ ਨਹੀਂ ਹੈ। ਪੰਜਾਬੀਆਂ ਨੂੰ ਇਸ ਵੇਲੇ ਸਿਰਫ ਇੱਕੋ ਇੱਕ ਚਿੰਤਾ ਹੈ ਕਿ ਉਹਨਾਂ ਦੀਆਂ ਮੁਫਤਖੋਰੀਆਂ ਬੰਦ ਨਾ ਹੋਣ ਅਤੇ ਉਹ ਮੁਫਤਖੋਰੀ ਹੋਰ ਕਿਸ ਢੰਗ ਨਾਲ ਵੱਧ ਸਕਦੀ ਹੈ। ਪੰਜਾਬ ਦੇ ਭਵਿੱਖ ਨੂੰ ਉਹ ਮੁਫਤਖੋਰੀ ਦੇ ਵੱਧ ਰਹੇ ਭਵਿੱਖ ਵਜੋਂ ਮਾਨਤਾ ਦੇਣ ਨੂੰ ਤਿਆਰ ਨੇ, ਮੁਫਤਖੋਰੀ ਛੱਡਣ ਨੂੰ ਤਿਆਰ ਨਹੀਂ ਨੇ। ਅਤੇ ਅਜਿਹਾ ਵਾਤਾਵਰਣ ਸਿਰਫ ਪੰਜਾਬ ਵਿੱਚ ਹੀ ਨਹੀਂ ਬਣਾ ਲਿਆ ਗਿਆ, ਇਹ ਵਾਤਾਵਰਣ ਸਮੁੱਚੇ ਪੰਜਾਬੀ ਡਾਇਸਪੋਰੇ ਤੱਕ ਪਹੁੰਚ ਗਿਆ ਅਤੇ ਮੁਫਤ ਰਾਸ਼ਨ ਪਾਣੀ ਦੀ ਵੰਡ ਟੋਰੋਂਟੋ ਵਿੱਚ ਵੀ ਹੋਣ ਲੱਗ ਗਈ ਹੈ, ਵੈਂਕੂਵਰ ਵਿੱਚ ਵੀ ਹੋਣ ਲੱਗ ਗਈ ਹੈ, ਹੋਰ ਥਾਵਾਂ 'ਤੇ ਵੀ ਹੋਣ ਲੱਗ ਗਈ ਹੈ। ਅਤੇ ਇੰਝ ਲੱਗਦਾ ਹੈ ਕਿ ਆਉਣ ਵਾਲਾ ਭਵਿੱਖ ਸਿੱਖ ਕੌਮ ਦਾ ਵੀ ਬਹੁਤ ਹੀ ਗੰਭੀਰ ਹੋਣ ਵਾਲਾ ਹੈ। ਹੁਣ ਕੀ ਸਿੱਖ ਕੌਮ ਆਪਣੇ ਆਉਣ ਵਾਲੇ ਭਵਿੱਖ ਪ੍ਰਤੀ ਸੰਜੀਦਾ ਹੈ, ਕੋਈ ਡਾਇਲਾਗ ਕਰ ਰਹੀ ਹੈ, ਉਸ 'ਤੇ ਵੀ ਜਿਸ ਵੇਲੇ ਨਜ਼ਰ ਮਾਰੀ ਦੀ ਹੈ ਅਤੇ ਚਿੰਤਾ ਹੀ ਚਿੰਤਾ ਸਾਹਮਣੇ ਆਉਂਦੀ ਹੈ। ਚਿੰਤਾ ਹੀ ਚਿੰਤਾ ਕਿਉਂ ਸਾਹਮਣੇ ਆਉਂਦੀ ਹੈ? ਉਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਅਸੀਂ ਸੈਮੀਨਾਰ ਖੇਡ ਰਹੇ ਹਾਂ, ਅਸੀਂ ਪੰਥਕ ਇਕੱਠ ਦੀ ਖੇਡ ਖੇਡ ਰਹੇ ਹਾਂ, ਅਸੀਂ ਆਪਣੇ ਆਪਣੇ ਜੁਮਲੇ ਅਤੇ ਆਪਣੇ ਆਪਣੇ ਭੀੜ ਤੰਤਰ ਦੀ ਇੱਕ ਸ਼ਕਤੀ ਬਣਾ ਕੇ ਪੰਥ ਨੂੰ ਗੁੰਮਰਾਹ ਕਰਨ ਦੀ ਅਤੇ ਵੋਟਾਂ ਨੂੰ ਬਟੋਰਨ ਦੀ ਤਾਕਤ ਵਿੱਚ ਲੱਗੇ ਹੋਏ ਹਾਂ। ਜੇ ਇਸ ਤੋਂ ਵੱਧ ਅਗਰ ਕੁਛ ਹੈ ਤਾਂ ਉਹ ਹੈ ਅਸੀਂ ਕੋਈ ਨਵਾਂ ਖੇਲਾ ਆਰੰਭ ਕਰ ਲੈਂਦੇ ਹਾਂ, ਡਾਇਲਾਗ ਦਾ, ਪੰਥਕ ਸੱਥ ਦਾ, ਜਾਂ ਹੋਰ ਕਿਸੇ ਵੀ ਚਿੰਤਾ ਦਾ। ਪਰ ਇਹ ਸਾਰਾ ਕੁਛ ਏਅਰ ਕੰਡੀਸ਼ਨਡ ਹਾਲ ਵਿੱਚ ਹੁੰਦਾ ਹੈ ਜਾਂ ਹਜੂਮ ਦੇ ਇਕੱਠਾਂ ਵਿੱਚ ਹੁੰਦਾ। ਪ੍ਰੈਕਟੀਕਲੀ ਪਿੰਡ ਪੱਧਰ 'ਤੇ, ਸੱਥ ਪੱਧਰ 'ਤੇ ਕੁਛ ਵੀ ਨਹੀਂ ਹੁੰਦਾ। ਅਤੇ ਬੜੀ ਅਜੀਬ ਜਿਹੀ ਮੈਨੂੰ ਇੱਕ ਗੱਲ ਲੱਗ ਰਹੀ ਹੈ ਕਿ ਸਿੱਖ ਕੌਮ ਦੀ ਚਿੰਤਾ ਜਿਹੜੀ ਪ੍ਰਗਟਾਈ ਜਾ ਰਹੀ ਹੈ ਉਹ ਸੱਥ ਲੈਵਲ 'ਤੇ ਡਾਇਲਾਗ ਵਿੱਚ ਨਹੀਂ ਆ ਰਹੀ, ਉਹ ਸੱਥ ਲੈਵਲ 'ਤੇ ਵਿਚਾਰ ਚਰਚਾ ਵਿੱਚ ਨਹੀਂ ਆ ਰਹੀ, ਸੱਥ ਚਰਚਾ ਨਹੀਂ ਬਣ ਰਹੀ। ਅਤੇ ਜਦ ਤੱਕ ਪੰਜਾਬ ਦੀ ਚਿੰਤਾ ਸੱਥ ਚਿੰਤਾ ਨਾ ਬਣੇ ਅਤੇ ਸਿੱਖ ਕੌਮ ਦੇ ਭਵਿੱਖ ਦੀ ਚਿੰਤਾ ਸੱਥ ਦੀ ਚਿੰਤਾ ਨਾ ਬਣੇ ਅਤੇ ਸੱਥਾਂ ਵਿੱਚ ਵਿਚਾਰ ਚਰਚਾ ਨਾ ਤੁਰੇ, ਉਦੋਂ ਤੱਕ ਕੋਈ ਵੀ ਸੰਭਾਵਨਾ ਸਾਹਮਣੇ ਨਹੀਂ ਹੁੰਦੀ। ਅਜਿਹਾ ਮੇਰਾ ਵਿਸ਼ਵਾਸ ਹੈ। ਹੁਣ ਕਿੱਧਰ ਨੂੰ ਜਾ ਰਿਹਾ ਹੈ ਸਮੁੱਚਾ ਧੁਰਾ, ਕਿੱਧਰ ਨੂੰ ਜਾ ਰਿਹਾ ਜਾਂ ਇਹ ਸਮੁੱਚਾ ਵੇਗ ਕਿੱਧਰ ਨੂੰ ਜਾ ਰਿਹਾ? ਨਾ ਤਾਂ ਮੈਂ ਇਹਨੂੰ ਲਹਿਰ ਕਹਿ ਰਿਹਾ, ਨਾ ਹੀ ਇਹਨੂੰ ਮੈਂ ਕੋਈ ਅੰਦੋਲਨ ਕਹਿ ਰਿਹਾ, ਨਾ ਕੋਈ ਵਹੀਰ ਹੈ, ਵੇਗ ਹੈ, ਜੋਸ਼ ਦਾ ਇੱਕ ਵੇਗ ਕਿੱਧਰ ਜਾ ਰਿਹਾ? ਇੱਕ ਤਾਂ ਪਾਸਾ ਉਹ ਜੋਸ਼ ਵਾਲੇ ਵੇਗ ਦਾ, ਦੂਸਰਾ ਪਾਸਾ ਹੈ
ਧੜਿਆਂ ਨੂੰ ਸੰਭਾਲਣ ਦੀ ਸ਼ਕਤੀ ਦਾ ਪ੍ਰਦਰਸ਼ਨ ਕਿੱਧਰ ਨੂੰ ਜਾ ਰਿਹਾ। ਅਤੇ ਤੀਸਰਾ, ਸਿੱਖ ਕੌਮ ਵਿੱਚ ਹੈ ਕਿ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਲਈ ਕਿ ਕੋਈ ਚਿੰਤਾਸ਼ੀਲ ਧਿਰਾਂ ਕਿੱਧਰ ਨੂੰ ਜਾ ਰਹੀਆਂ ਨੇ। ਆਓ ਅੱਜ ਇਹਨਾਂ 'ਤੇ ਚਰਚਾ ਕਰਦੇ ਹਾਂ। ਪਿਛਲੇ ਦਿਨਾਂ ਵਿੱਚ ਦੋ ਥਾਵਾਂ 'ਤੇ ਵੱਡੀਆਂ ਕਾਨਫਰੰਸਾਂ ਹੋਈਆਂ, ਬਾਬਾ ਬਕਾਲਾ ਸਾਹਿਬ ਵਿਖੇ ਅਤੇ ਲੌਂਗੋਵਾਲ ਵਿਖੇ। ਉਹਨਾਂ ਨਾਲ ਦੋਨਾਂ ਵਿੱਚ ਆਪਸ ਵਿੱਚ ਬੜਾ ਵੱਡਾ ਫਰਕ ਹੈ। ਫਰਕ ਕਿਵੇਂ ਹੈ? ਫਰਕ ਨੂੰ ਪਹਿਲਾਂ ਤੋਲਦੇ ਹੋਏ ਅੱਗੇ ਵਧੀਏ। ਜਿਹੜੀ ਲੌਂਗੋਵਾਲ ਵਾਲੀ ਕਾਨਫਰੰਸ ਹੈ, ਉੱਥੇ ਸਾਨੂੰ ਪਹਿਲਾਂ ਤੈਅ ਕਰਕੇ ਤੁਰਨਾ ਪੈਣਾ ਕਿ ਸ਼ਹੀਦ ਲੌਂਗੋਵਾਲ ਹੈ ਜਾਂ ਲੌਂਗੋਵਾਲ ਨੂੰ ਮਾਰਨ ਵਾਲੇ ਪੰਥਕ ਨੇ, ਪੰਥਕ ਸ਼ਹੀਦ ਲੌਂਗੋਹਰ ਹੈ ਜਾਂ ਲੌਂਗੋਵਾਲ ਨੂੰ ਮਾਰਨ ਵਾਲੇ ਪੰਥਕ ਨੇ। ਉਹਨਾਂ ਦੋ ਸਫ਼ਾ ਹੋ ਗਈਆਂ ਸਿੱਖ ਕੌਮ ਦੀਆਂ ਵਿਚਾਰਧਾਰਾ ਦੀਆਂ, ਜਿਹੜੀਆਂ ਬਿਲਕੁਲ ਅੱਡੋ ਅੱਡ ਨੇ, ਪੈਰਾਲੈਲ ਨੇ, ਆਪਸ ਵਿੱਚ ਕਦੇ ਵੀ ਮਿਲਦੀਆਂ ਨਜ਼ਰ ਨਹੀਂ ਆਉਂਦੀਆਂ। ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੰਡਿਆ ਗਿਆ, ਜਿਹਨੇ ਦੋਨਾਂ ਨੇ ਲੌਂਗੋਵਾਲ ਵਿੱਚ ਕਾਨਫਰੰਸ ਕੀਤੀ ਹੈ, ਉਹਨਾਂ ਦੋਨਾਂ ਵਿੱਚੋਂ ਕੋਈ ਵੀ ਇੱਕ ਧੜਾ ਇਸ ਦਾ ਸਪਸ਼ਟ ਫੈਸਲਾ ਕਰ ਸਕਦਾ? ਅਗਰ ਕਰ ਸਕਦਾ ਤਾਂ ਫਿਰ ਉਹ ਆਪਣੇ ਤੌਰ 'ਤੇ ਪੰਜਾਬ ਨੂੰ ਇੱਕ ਨਵੀਂ ਫੀਜਾਈ 'ਚ ਲੈ ਕੇ ਜਾ ਸਕਦਾ, ਉਹ ਚਾਹੇ ਫੈਸਲਾ ਜਿਹੜਾ ਮਰਜ਼ੀ ਹੋਵੇ, ਪਰ ਇੱਕ ਨਿਰਣਾਇਕ ਫੈਸਲਾ ਤਾਂ ਹੋਣਾ ਚਾਹੀਦਾ। ਪਰ ਮੈਂ ਦੇਖ ਰਿਹਾ ਕਿ ਲੌਂਗੋਵਾਲ ਕਾਨਫਰੰਸਾਂ ਕਰਨ ਵਾਲੇ ਵੀ ਇਸ ਮੁੱਦੇ 'ਤੇ ਸ਼ਾਂਤ ਅਤੇ ਚੁੱਪ ਨੇ, ਅਤੇ ਗੈਪ ਪਾ ਕੇ ਚੱਲਦੇ ਨੇ, ਸਪੇਸ ਦੇਈ ਜਾਂਦੇ ਨੇ ਵੀ ਜਿਵੇਂ ਚੱਲਦਾ ਚੱਲੀ ਜਾਣ ਦਿਓ। ਇਹ ਇੱਕ ਬੜੀ ਖਤਰਨਾਕ ਪਾਲਿਸੀ ਹੁੰਦੀ ਹੈ। ਇਸ ਪਾਲਿਸੀ 'ਤੇ ਵੀ ਅੱਜ ਮੈਂ ਗੱਲ ਕਰਾਂਗਾ ਤੁਹਾਡੇ ਨਾਲ। ਦੂਸਰੀ ਹੁਣ ਕਾਨਫਰੰਸ ਹੈ, ਦੂਸਰੀ ਕਾਨਫਰੰਸ ਹੈ ਬਾਬਾ ਬਕਾਲਾ। ਹੁਣ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਲਾਧੋ ਰੇ ਨੂੰ ਛੱਡ ਕੇ, ਮਤਲਬ ਸਿੱਖ ਗੁਰੂ ਨੂੰ ਛੱਡ ਕੇ ਜਾਂ ਸਿੱਖ ਗੁਰੂਆਂ ਦੀ ਗੁਰਿਆਈ ਨੂੰ ਲੱਭਿਆ ਸੀ ਜਿਸ ਢੰਗ ਨਾਲ, ਗੁਰੂ ਲਾਧੋ ਰੇ ਦੀ ਗੁਰਿਆਈ ਨੂੰ ਛੱਡ ਕੇ ਜਿਸ ਵੇਲੇ ਸਾਰੀਆਂ ਕਾਨਫਰੰਸਾਂ ਨੇ ਹੀ ਰੱਖੜ ਪੁੰਨਿਆ ਦੇ ਮੇਲੇ ਦੀ ਗੱਲ ਕੀਤੀ ਹੈ, ਤਾਂ ਫਿਰ ਉੱਥੇ ਵੀ ਕੁਛ ਨਿਰਣਾਇਕ ਫੈਸਲੇ ਚਾਹੀਦੇ ਸਨ। ਹੁਣ ਉੱਥੇ ਵੀ ਕਾਨਫਰੰਸਾਂ ਦੋ ਹੋਈਆਂ, ਉੱਥੇ ਜਿਹੜੇ ਵਾਅਦਾ ਮਾਫੀ ਵਾਲੇ ਗਵਾਹ ਵਾਲੇ ਸੀ ਉਹਨਾਂ ਨੇ ਕਾਨਫਰੰਸ ਨਹੀਂ ਕੀਤੀ। ਵਾਅਦਾ ਮਾਫੀ ਵਾਲਿਆਂ ਦੇ ਗਵਾਹ ਦੀ ਅਤੇ ਬਾਦਲ ਧੜੇ ਦੀ ਕਾਨਫਰੰਸ ਲੌਂਗੋਵਾਲ ਵਿਖੇ ਹੋਈ, ਅਤੇ ਰੱਖੜ ਪੁੰਨਿਆ ਦੇ ਨਾਂ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਤੇ ਸੁਖਬੀਰ ਬਾਦਲ ਦੀ ਕਾਨਫਰੰਸ ਹੋਈ। ਹੁਣ ਦੋਨੋਂ ਹੀ ਕਾਨਫਰੰਸਾਂ ਦੇ ਜਿਹੜੇ ਵਿਚਾਰਧਾਰਕ ਮੁੱਦੇ ਨੇ, ਉਹਨਾਂ ਹੀ ਸਭ ਤੋਂ ਗੰਭੀਰ ਗੱਲ ਹੈ ਕਿ ਨਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਕਾਨਫਰੰਸ ਅਤੇ ਨਾ ਹੀ ਸੁਖਬੀਰ ਵਾਲੀ ਕਾਨਫਰੰਸ ਨੇ ਗੁਰਮਤ ਦੀ ਗੱਲ ਕੀਤੀ, ਗੁਰਿਆਈ ਦੀ ਗੱਲ ਕੀਤੀ। ਔਰ ਰੱਖੜ ਪੁੰਨਿਆਂ 'ਤੇ ਕਾਨਫਰੰਸਾਂ ਨੂੰ, ਰੱਖੜ ਪੁੰਨਿਆਂ ਨਾਲ ਗੁਰੂ ਸਾਹਿਬਾਨ ਨੂੰ ਜੋੜ ਕੇ ਵਿਪਰਵਾਦ ਦੀ ਰੀਤ 'ਤੇ ਹੀ ਤੁਰੀਆਂ।
ਹੁਣ ਇੱਥੇ ਵੀ ਫੈਸਲਾ ਤਾਂ ਇੱਕ ਫੈਸਲਾ ਕੁਣ ਚਾਹੀਦਾ ਕਿ ਤੁਸੀਂ ਰੱਖੜ ਪੁੰਨਿਆਂ ਨਾਲ ਜੁੜਨਾ ਚਾਹੁੰਦੇ ਹੋ ਕਿ ਤੁਸੀਂ ਗੁਰੂ ਲਾਧੋਰੇ ਨਾਲ ਤੁਰਨਾ ਚਾਹੁੰਦੇ ਹੋ। ਫੈਸਲਾ ਤਾਂ ਕਰਨਾ ਪੈਣਾ, ਦੋਨੋਂ ਪੈਰੇਲਲ ਨੇ ਆ ਵੀ ਗੱਲਾਂ। ਹੁਣ ਜਿਹੜੀ ਧਿਰ ਇਹ ਫੈਸਲਾ ਕਰੇਗੀ ਉਸ ਧਿਰ ਨੂੰ ਮੰਨਿਆ ਜਾਣਾ ਪੈਣਾ ਕਿ ਬਈ ਉਹ ਗੁਰਮਤ ਅਨੁਸਾਰ ਹੋ ਗਈ। ਹੁਣ ਉਹ ਗੁਰਮਤ ਅਨੁਸਾਰ ਸਿੱਖ ਆਵਾਮ ਦੀ ਅਗਵਾਈ ਕਰਨ ਨੂੰ ਤਤਪਰ ਹੈ ਅਤੇ ਪੰਜਾਬ ਨੂੰ ਕੋਈ ਸੇਧ ਦੇਣ ਨੂੰ ਤਤਪਰ ਹੈ। ਪਰ ਮੈਂ ਦੇਖ ਰਿਹਾ ਕਿ ਅਜਿਹੀ ਆਸ ਕਿਤੇ ਦਿਖ ਨਹੀਂ ਰਹੀ। ਇਹ ਤਾਂ ਸੀ ਜੀ ਦੋ ਗੱਲਾਂ। ਹੁਣ ਆਓ ਦੋਨਾਂ ਕਾਨਫਰੰਸਾਂ ਦੇ ਵਿੱਚ ਕੀ ਕੋਈ ਵਿਚਾਰ ਧਾਰਕ ਨਵੇਂ ਸਿਲਸਿਲੇ ਸੀ। ਪਹਿਲਾਂ ਰੱਖੜ ਪੁੰਨਿਆਂ ਵਾਲਿਆਂ ਦੀ ਇਹੀ ਗੱਲ ਕਰ ਲੈਂਦੇ ਹਾਂ, ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਉਹਨਾਂ ਨੇ ਉਹ ਸਾਰੇ ਮੁੱਦੇ ਫੇਰ ਤੋਂ ਉਖਾੜ ਕੇ ਲੈ ਆਉਂਦੇ ਪੁਰਾਣੇ, ਜਿਨ੍ਹਾਂ ਨੂੰ ਉਹ ਪਹਿਲਾਂ ਤਿਆਗ ਚੁੱਕੇ ਨੇ, ਅਤੇ ਸੱਤਾ ਹੀ ਛੋਂਦੇ ਹੋਏ ਜਿਨ੍ਹਾਂ ਨਮੀ ਤੋਂ ਇੱਕ ਅੱਖਰ ਵੀ ਨਹੀਂ ਬੋਲੇ। ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ, ਬੰਦੀ ਸਿੰਘਾਂ ਦੇ ਮੁੱਦੇ, ਇਹਨਾਂ ਨੂੰ ਉਹਨਾਂ ਨੇ ਆਧਾਰ ਬਣਾ ਲਿਆ ਅਤੇ ਨਾਲ ਹੀ ਬੇਅਦਬੀਆਂ ਦਾ ਵੀ ਮੁੱਦਾ ਛੇੜ ਲਿਆ। ਇਹੀ ਮੁੱਦੇ ਲੌਂਗੋਵਾਲ ਵਾਲੀ ਕਾਨਫਰੰਸ ਵਿੱਚ ਵੀ ਛੇੜੇ ਗਏ ਅਤੇ ਲੌਂਗੋਵਾਲ ਵਾਲੀ ਕਾਨਫਰੰਸ ਵਿੱਚ ਜਿਹੜੇ ਵਾਅਦਾ ਮਾਫ਼ ਗੁਆਹ ਵਾਲੇ ਬਣੇ ਹੋਏ ਨੇ ਅਕਾਲੀ ਧੜੇ ਸੁਧਾਰ ਲਹਿਰ ਵਾਲੇ, ਉਹਨਾਂ ਨੇ ਇਹਨਾਂ ਮੁੱਦਿਆਂ ਦੇ ਨਾਲ ਨਾਲ ਜਿਹੜੇ ਮੁੱਦੇ ਨਵੇਂ ਜੋੜੇ ਉਹ ਸੀ ਕਿ ਅਕਾਲੀ ਦਲ ਦਾ, ਅਕਾਲੀ ਸਫਾਂ ਦਾ ਪੁਨਰਗਠਨ ਅਕਾਲੀ ਹਿਸਾਬ ਨਾਲ ਹੋਣਾ ਚਾਹੀਦਾ, ਕਿਉਂਕਿ ਅਕਾਲੀ ਦਲ ਬਹੁਤ ਜ਼ਿਆਦਾ ਨਿਗਾਰ 'ਚ ਆ ਗਿਆ। ਬਾਕੀ ਮੁੱਦੇ ਸਾਰੇ ਸੇਮ ਸਨ। ਹੁਣ ਦੋਨਾਂ ਵਿੱਚੋਂ ਕਿਸੇ ਨੇ ਵੀ ਗੱਲ ਦੇਖੋ ਬੜੀ ਗਜ਼ਬ ਦੀ, ਜੇ ਗਜ਼ਬ ਦੀ ਹੈ ਕਿ ਦੋਨੋਂ ਹੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਚੁੱਕੇ ਨੇ, ਹੁਣ ਦੋਨਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਕਾਨਫਰੰਸਾਂ ਵਿੱਚ ਇਸ ਮੁੱਦੇ 'ਤੇ ਇੱਕ ਅੱਖਰ ਵੀ ਨਹੀਂ ਬੋਲਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਪੰਥ ਮਹਾਰਾਜ ਜੀ ਜਿਹੜਾ ਫੈਸਲਾ ਲੈਣਗੇ ਅਸੀਂ ਉਸ 'ਤੇ ਫੁੱਲ ਚਾੜਾਂਗੇ। ਗੱਲ ਸਮਝ ਲਿਆ ਜੇ? ਬਿਆਨਬਾਜ਼ੀਆਂ ਉਂਝ ਕਰਨੀਆਂ, ਕਈ ਜਾਣਾ ਆਪਣੇ ਆਪਣੇ ਇੰਟਰਵਿਊ ਵਿੱਚ, ਕਈ ਜਾਣਾ ਵੱਖਰੀਆਂ ਗੱਲਾਂ ਹੁੰਦੀਆਂ ਨੇ, ਪਰ ਕਾਨਫਰੰਸਾਂ ਵਿੱਚ ਪਬਲਿਕਲੀ ਮਤਾ ਪਾਸ ਕਰਕੇ ਦੋਨਾਂ ਹੀ ਧਿਰਾਂ ਨੇ ਇਸ ਨਮਿਤ ਮੌਨ ਧਾਰੀ ਰੱਖਿਆ, ਕੋਈ ਮਤਾ ਪਾਸ ਨਹੀਂ ਕੀਤਾ। ਅਤੇ ਮਤਲਬ ਸਪਸ਼ਟ ਹੈ ਕਿ ਉਹਨਾਂ ਦੀ ਅੰਤਰ ਆਤਮਾ ਦੀ ਆਵਾਜ਼ ਆਪੋ ਆਪਣੀ ਸਰਵਾਈਵਲ ਨਾਲ ਜੁੜੀ ਹੋਈ ਹੈ, ਪੰਥ ਨਾਲ, ਪੰਥ ਦੀ ਸੋਚ ਨਾਲ, ਪੰਥ ਦੀ ਦਿੱਖ ਨਾਲ, ਪੰਥ ਦੀ ਚਾਹਤ ਨਾਲ, ਅਤੇ ਆਮ ਵੋਟਰਾਂ ਦੀ ਸੋਚ ਨਾਲ ਨਹੀਂ ਜੁੜੀ ਹੋਈ। ਬਸ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ, ਦੱਸਣਾ ਚਾਹੁੰਦਾ ਸੀ ਕਿ ਅੰਦਰਲੀ ਆਵਾਜ਼ ਕੀ ਹੈ। ਹੁਣ ਆ ਜਾਓ ਬਾਬਾ ਬਕਾਲਾ ਵਾਲੀ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਨਫਰੰਸ ਦੀ ਵੀ ਗੱਲ ਕਰੀਏ। ਉੱਥੇ 7 ਮਤੇ ਪਾਸ ਕੀਤੇ ਗਏ। ਜਿਸ ਲੈਵਲ ਦਾ ਇਕੱਠ ਸੀ ਠਾਠਾ ਮਾਰਦਾ ਜੋਸ਼ੀਲਾ, ਉਸ ਭਾਵਨਾ ਦੇ ਵਿੱਚੋਂ ਨਿਕਲਿਆ ਹੋਇਆ 7 ਮਤਿਆਂ ਵਿੱਚੋਂ ਕੋਈ ਵੀ ਇੱਕ ਮਤਾ ਨਹੀਂ ਸੀ। ਮੈਂ ਵਿਰੋਧ ਨਹੀਂ ਕਰ ਰਿਹਾ,
ਮੈਂ ਤੁਹਾਨੂੰ ਸਿਰਫ ਤੇ ਸਿਰਫ ਪ੍ਰਤੱਖ ਕਰਕੇ ਦੱਸ ਰਿਹਾ ਕਿ ਅੰਤਰ ਆਤਮਾ ਕਿੱਥੇ ਹੈ ਅਤੇ ਕੀ ਹੈ। ਹੁਣ ਮਤੇ ਐਵੇਂ ਲੱਗਦਾ ਸੀ ਕਿ ਕਿਸੇ ਦੂਸਰੇ ਘਰ ਤੋਂ ਆਏ ਨੇ, ਦੂਸਰੀ ਵਿਚਾਰਧਾਰਾ ਵਿੱਚੋਂ ਆਏ ਨੇ, ਜਿਹੜੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੀ ਵਿਚਾਰਧਾਰਾ ਵਿੱਚੋਂ ਨਹੀਂ ਨਿਕਲੀ ਹੋਈ। ਉਹਨਾਂ ਮਤਿਆਂ ਦੀ ਬੋਲੀ ਵੀ ਇਹੀ ਦੱਸ ਰਹੀ ਹੈ, ਉਹਨਾਂ ਮਤਿਆਂ ਦੀ ਭਾਵਨਾ ਵੀ ਇਹੀ ਦੱਸ ਰਹੀ ਹੈ। ਅਤੇ ਹੁਣ ਕੀ ਮੰਨਿਆ ਜਾਏ ਕਿ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਦੂਜਾ ਘਰ ਆਪਣੀ ਵਿਚਾਰਧਾਰਾ ਲਈ ਕਰ ਲਿਆ? ਜੇ ਦੂਸਰਾ ਘਰ ਕਰ ਲਿਆ ਤਾਂ ਹੁਣੇ ਹੁਣੇ ਹੀ ਉਹਨਾਂ ਨੇ ਆਪਣੀ ਮਾਤਾ ਜੀ ਨੂੰ ਇਸ ਚੀਜ਼ ਲਈ ਲਤਾੜਿਆ ਸੀ, ਝਾੜਿਆ ਸੀ ਅਤੇ ਪਾਸੇ ਕੀਤਾ ਸੀ ਕਿ ਤੁਸੀਂ ਖਾਲਿਸਤਾਨ ਤੋਂ ਘੱਟ ਗੱਲ ਕੋਈ ਵੀ ਨਹੀਂ ਕਰਨੀ। ਪਰ ਇਹਨਾਂ ਮਤਿਆਂ ਵਿੱਚ, ਕਿਉਂਕਿ ਬਰਾਬਰਤਾ ਦੇ ਨਾਲੋਂ ਨਾਲ ਮੁੱਦੇ ਵਿਚਾਰ ਲੈਣੇ ਚਾਹੀਦੇ ਨੇ, ਜੇ ਅਸੀਂ ਵਿਚਾਰਾਂਗੇ ਨਹੀਂ ਤਾਂ ਅਸੀਂ ਬਹੁਤ ਕੁਛ ਗੁਆ ਦਾਂਗੇ। ਉੱਥੇ ਮਤੇ ਪਾਸ ਕੀਤੇ ਗਏ ਖਾਲਸਾ ਰਾਜ ਦੇ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਖਾਲਸਾ ਰਾਜ ਵਿੱਚ ਹੀ ਰੋਲ ਕਚੋਲ ਕਰ ਦਿੱਤਾ ਗਿਆ। ਜਿਹੜੀ ਚਿੱਠੀ ਡਿਬਰੂਗੜ੍ਹ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਆਈ, ਜਿਵੇਂ ਚਿੱਠੀ ਉਹਨਾਂ ਨੇ ਪ੍ਰਗਟ ਕੀਤੀ ਸੀ ਮਾਤਾ ਜੀ ਵੇਲੇ, ਜਿਹੜੀ ਕਿ ਮੈਂ ਉਦੋਂ ਵੀ ਕਿਹਾ ਸੀ ਡਿਬਰੂਗੜ੍ਹ ਤੋਂ ਆਈ ਨਹੀਂ ਲੱਗਦੀ, ਉਹਦੇ 'ਚ ਉਹਨਾਂ ਨੇ ਖਾਲਿਸਤਾਨ ਨੂੰ ਬੜੀ ਪ੍ਰਮੁੱਖਤਾ ਨਾਲ ਉਭਾਰਿਆ ਸੀ। ਪਰ ਜਿਹੜੀ ਹੁਣ ਚਿੱਠੀ ਆਈ ਹੈ ਰੱਖੜ ਪੁੰਨਿਆ ਦੇ ਮੇਲੇ ਵਾਸਤੇ, ਉੱਥੇ ਖਾਲਸਾ ਰਾਜ ਦੀ ਗੱਲ ਕੀਤੀ ਗਈ ਹੈ। ਅਤੇ ਹੁਣ ਇੱਥੇ ਗੱਲ ਇੱਕ ਹੋਰ ਆ ਜਾਂਦੀ ਹੈ ਫਿਰ, ਕਿ ਖਾਲਸਾ ਰਾਜ ਦੀ ਗੱਲ ਕਰਨ ਵਾਲੀਆਂ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਧਿਰਾਂ ਮੌਜੂਦ ਨੇ। ਖਾਲਸਾ ਰਾਜ ਦੀ ਗੱਲ ਭਾਈ ਬਲਦੇਵ ਸਿੰਘ ਵਡਾਲਾ ਜੀ ਵੀ ਕਰ ਰਹੇ ਨੇ, ਖਾਲਸਾ ਰਾਜ ਦੀ ਗੱਲ ਸਿਮਰਨਜੀਤ ਸਿੰਘ ਮਾਨ ਜੀ ਵੀ ਕਰ ਰਹੇ ਨੇ, ਹਾਲਾਂਕਿ ਉਹ ਨਾਰਾ ਖਾਲਿਸਤਾਨ ਦਾ ਲਾ ਦਿੰਦੇ ਨੇ, ਉਸ 'ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਉਹਨਾਂ ਦੇ ਹਾਥੀ ਵਾਲੇ ਦੰਦ ਨੇ, ਪਰ ਉਹ ਖਾਲਸਾ ਰਾਜ ਦੀ ਗੱਲ ਕਰ ਰਹੇ ਨੇ। ਦਲ ਖਾਲਸਾ ਵੀ ਖਾਲਸਾ ਰਾਜ ਦੀ ਗੱਲ ਕਰ ਰਿਹਾ, ਹੋਰ ਫੈਡਰੇਸ਼ਨਾਂ ਵੀ ਖਾਲਸਾ ਰਾਜ ਦੀਆਂ ਗੱਲਾਂ ਕਰ ਰਹੀਆਂ ਨੇ। ਜਿਹੜੇ 19 ਅਕਾਲੀ ਦਲ ਨੇ, 19 ਅਕਾਲੀ ਦਲਾਂ ਵਿੱਚੋਂ ਕੋਈ ਵੀ ਅਜਿਹਾ ਇੱਕ ਵੀ ਅਕਾਲੀ ਦਲ ਨਹੀਂ ਹੈ ਜਿਹੜਾ ਰਾਜ ਕਰੇਗਾ ਖਾਲਸਾ ਦੇ ਸਿਧਾਂਤ ਦੇ ਹਿਸਾਬ ਨਾਲ ਖਾਲਸਾ ਰਾਜ ਦੀ ਗੱਲ ਨਾ ਕਰਦਾ ਹੋਵੇ, ਕੋਈ ਵੀ ਨਹੀਂ ਹੈ। ਈਵਨ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਾਦਲ ਅਕਾਲੀ ਦਲ ਵੀ ਨਹੀਂ ਹੈ। ਅਤੇ ਫਿਰ ਫਰਕ ਕੀ ਹੈ, ਵੱਖਰੇਵੇਂ ਕਿਉਂ ਨੇ, ਅਤੇ ਕਿਸ ਪਾਸੇ ਨੂੰ ਜਾ ਰਹੀ ਗੱਲ ਹੈ, ਇਸ ਗੱਲ ਨੂੰ ਸਮਝਣਾ ਵਿਚਾਰਨਾ ਬਹੁਤ ਜ਼ਰੂਰੀ ਹੈ। ਜੇ ਇਸ ਗੱਲ ਨੂੰ ਸਮਝਣਾ ਅਤੇ ਵਿਚਾਰਨਾ ਹੋਵੇ ਤਾਂ ਫਿਰ ਇਹਨਾਂ ਦੀਆਂ ਭਾਸ਼ਾਵਾਂ ਮਤਿਆਂ ਵਿਚਲੀ ਅੰਤਰੀਮ ਆਤਮਾ ਅਤੇ ਉਸ ਦੇ ਪ੍ਰਗਟਾਵੇ ਨੂੰ ਪਕੜਨਾ ਸਾਨੂੰ ਸਿੱਖਣਾ ਪੈਣਾ। ਜੇ ਅਸੀਂ ਨਹੀਂ ਸਿੱਖਾਂਗੇ ਤਾਂ ਅਸੀਂ ਮਾਤ ਖਾ ਜਾਂਗੇ, ਜਿਵੇਂ ਪਹਿਲਾਂ ਅਸੀਂ ਮਾਤ ਖਾ ਕੇ ਹਾਰੇ ਪਏ ਹਾਂ ਅਤੇ ਹਾਰੀ ਹੋਈ ਮਾਨਸਿਕਤਾ ਵਿੱਚੋਂ ਘਸਿਆਰੇ ਬਣ ਕੇ ਆਪਣੇ ਸੰਘਰਸ਼ ਲੜਦੇ ਪਏ ਹਾਂ। ਹੁਣ ਦੇਖੋ ਸਮਾਨਤਾਵਾਂ ਕਿੱਥੇ ਨੇ, ਇੱਕ ਤਾਂ ਪਹਿਲੀ ਸਮਾਨਤਾ ਆ ਗਈ, ਦੂਸਰੀ ਸਮਾਨਤਾ ਇਹ ਆ ਗਈ ਕਿ ਤਿੰਨਾਂ ਹੀ ਧਿਰਾਂ ਨੇ, ਕਾਨਫਰੰਸਾਂ ਕਰਨ ਵਾਲਿਆਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਪਰ ਤਿੰਨਾਂ ਹੀ ਧਿਰਾਂ ਦੀ ਬੰਦੀ ਸਿੰਘਾਂ ਦੀ ਗੱਲ ਇੱਕ ਸਮਾਨ ਹੈ।
ਕਿ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਹੈ ਨਾ ਬੜੀ ਅਜੀਬ ਜਿਹੀ ਗੱਲ। ਕਿਸੇ ਇੱਕ ਧਿਰ ਨੇ ਵੀ ਕਾਨੂੰਨੀ ਪੱਖ ਤੋਂ ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਘੇਰਨ ਵਾਲਾ ਕੋਈ ਵੀ ਇੱਕ ਪੁਆਇੰਟ ਇਸ ਵਿੱਚ ਨਹੀਂ ਰੱਖਿਆ। ਇੱਕ ਸਰਸਰੀ ਗੱਲ ਕੀਤੀ ਹੈ। ਇਹ ਸਰਸਰੀ ਗੱਲ ਤਾਂ ਬੜੀ ਦੇਰ ਤੋਂ ਚੱਲੀ ਆ ਰਹੀ ਹੈ। ਅਤੇ ਫਿਰ ਨਵਾਂ ਕੀ ਹੈ? ਔਰ ਜੇ ਨਵਾਂ ਕੁਛ ਵੀ ਨਹੀਂ ਹੈ ਤਾਂ ਫਿਰ ਵੱਖਰੇਵਾਂ ਕਿਉਂ ਹੈ? ਹੁਣ ਜੇ ਵੱਖਰੇਵਾਂ ਹੈ ਤਾਂ ਕੀ ਇਸ ਵੱਖਰੇਵਿਆਂ ਨੂੰ ਪੂਰਤੀ ਵਾਸਤੇ ਕੁਛ ਸੰਭਾਵਨਾਵਾਂ ਨੇ? ਹੁਣ ਗੱਲ ਇੱਥੇ ਨਿਬੜਦੀ ਹੈ। ਇੱਥੇ ਗੱਲ ਕਿਵੇਂ ਨਿਬੜਦੀ ਹੈ? ਮੈਂ ਤੁਹਾਨੂੰ ਕਿਹਾ ਕਿ ਗੱਲਾਂ ਕਿਉਂ ਲਮਕਾਈਆਂ ਜਾਂਦੀਆਂ ਨੇ, ਉਸ 'ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ। ਹੁਣ ਤਿੰਨ ਗੱਲਾਂ ਦੀ ਸਮਾਨਤਾ ਤੋਂ ਇਲਾਵਾ ਦੋ ਗੱਲਾਂ ਵਿੱਚ ਅਸਮਾਨਤਾ ਹੈ, ਉਹ ਵੀ ਕਰਨੀਆਂ ਬੜੀ ਜ਼ਰੂਰੀ ਨੇ। ਡਿਬਰੂਗੜ੍ਹ ਵਾਲਿਆਂ ਦੀ ਕਾਨਫਰੰਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਗੱਲ ਕੀਤੀ ਗਈ ਹੈ ਅਤੇ ਉਹ ਚੋਣਾਂ ਦੀ ਗੱਲ ਕਰਦੇ ਹੋਏ ਰਵਾਇਤੀ ਅਕਾਲੀ ਦਲਾਂ ਤੋਂ ਅੱਡ ਅਕਾਲੀ ਜੱਥੇ ਬਣਾ ਕੇ, ਪਿੰਡ ਪੱਧਰ 'ਤੇ ਅਕਾਲੀ ਜੱਥੇ ਬਣਾ ਕੇ ਫਾਰਮੇਸ਼ਨ ਕਰਕੇ ਇੱਕ ਨਵੀਂ ਪਿਰਤ ਆਰੰਭ ਕਰਨ ਦੀ ਜਿਹੜੀ ਇਤਿਹਾਸਕਤਾ ਵਿੱਚੋਂ ਚੱਲਦੀ ਆ ਰਹੀ ਹੈ ਉਸ ਦੀ ਗੱਲ ਕੀਤੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੇਂ ਢੰਗ ਨਾਲ ਸੰਗਠਿਤ ਕੀਤਾ ਜਾਵੇ ਅਤੇ ਅਕਾਲ ਤਖਤ ਸਮੇਤ ਸਾਡੇ ਅਤੇ ਸੰਸਥਾਵਾਂ ਨੂੰ ਆਜ਼ਾਦ ਕਰਨ ਦੇ ਯਤਨ ਆਰੰਭਣੇ ਚਾਹੀਦੇ ਹਨ। ਇਹ ਇੱਕ ਸੰਦੇਸ਼ ਖੁੱਲ੍ਹੇ ਰੂਪ ਵਿੱਚ ਦਿੱਤਾ ਗਿਆ। ਉਸ ਵਾਸਤੇ ਵੀ ਸਰਕਾਰ ਤੋਂ ਇੱਕ ਚਾਹਤ ਉਮੀਦ ਰੱਖੀ ਗਈ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਵੇ। ਹੁਣ ਇਸ ਮੁੱਦੇ 'ਤੇ ਵੀ ਪੰਥ ਵਿੱਚ ਕਈ ਧਿਰਾਂ ਨੇ। ਮੈਂ ਪਹਿਲਾਂ ਸਿਆਸੀ ਧਿਰਾਂ ਦੀ ਗੱਲ ਕੀਤੀ, ਹੁਣ ਇਸ ਮੁੱਦੇ ਦੀ ਗੱਲ ਕਰੀਏ। ਇਸ ਮੁੱਦੇ 'ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਵੀ ਇਹੀ ਗੱਲ ਕਹਿ ਰਹੇ ਨੇ, ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੀ ਇਹੀ ਗੱਲ ਕਹਿ ਰਹੇ ਨੇ, ਛੋਟੀਆਂ ਛੋਟੀਆਂ ਕੁਛ ਸਭਾਵਾਂ ਬਣੀਆਂ ਹੋਈਆਂ ਨੇ ਉਹ ਵੀ ਇਹੀ ਗੱਲਾਂ ਕਹਿ ਰਹੀਆਂ ਨੇ। ਇਸ ਤੋਂ ਇਲਾਵਾ ਜਿਹੜੀਆਂ ਸੰਸਥਾਵਾਂ ਕਹਿੰਦੀਆਂ ਨੇ ਕਿ ਅਸੀਂ ਸਿਆਸੀ ਲੜਾਈ ਨਹੀਂ ਲੜਨੀ ਭਾਰਤੀ ਸੰਵਿਧਾਨ ਦੇ ਅੰਦਰ, ਉਹ ਗਲਤ ਹੈ, ਪਰ ਅਸੀਂ ਗੁਰਦੁਆਰਿਆਂ ਚੋਣਾਂ ਦੇ ਵਿੱਚ ਕੁੱਦਾਂਗੇ, ਉਹ ਵੀ ਇਹੀ ਗੱਲ ਕਹਿ ਰਹੇ ਨੇ। ਅਤੇ ਆ ਪੰਜਵੀਂ ਧਿਰ ਹੋ ਗਈ ਡਿਬਰੂਗੜ੍ਹ ਵਾਲੀ ਜਿਹੜੀ ਇਹ ਗੱਲ ਕਹਿ ਰਹੀ ਹੈ। ਹੁਣ ਕੀ ਹੈ, ਪੰਜੋਂ ਧਿਰਾਂ ਆਪਸ ਵਿੱਚ ਸਾਂਝੀਆਂ ਨੇ ਜਾਂ ਸਾਂਝੀਆਂ ਹੋ ਸਕਦੀਆਂ ਨੇ, ਇਸ ਦੀਆਂ ਸੰਭਾਵਨਾਵਾਂ ਕੀ ਨੇ, ਇਹ ਵੀ ਸਾਨੂੰ ਸਮਾਂ ਦੱਸੇਗਾ। ਪਰ ਜੋ ਡਿਬਰੂਗੜ੍ਹ ਦੀ ਸਟੇਜ ਤੋਂ ਸਪਸ਼ਟਤਾ ਦਿੱਤੀ ਗਈ ਹੈ, ਉਹ ਸਪਸ਼ਟਤਾ ਹੀ ਦਿੱਤੀ ਗਈ ਹੈ ਕਿ ਉਹ ਆਪਣੀ ਅੱਡ ਤੋਂ ਇੱਕ ਸੰਸਥਾ ਜੀਵਤ ਕਰਨਗੇ ਜਿਸ ਵਿੱਚ ਪੁਰਾਤਨ ਵਿੱਚੋਂ ਕੁਛ ਵੀ ਨਹੀਂ ਹੋਏਗਾ। ਉਹ ਅਜਿਹਾ ਸੰਕੇਤ ਦੇ ਰਹੇ ਨੇ ਅਤੇ ਉਹਨਾਂ ਦੀ ਆਪਣੀ ਜਿਹੜੀ ਸੰਸਥਾ ਖੜ੍ਹੀ ਕੀਤੀ ਜਾਵੇਗੀ ਉਹ ਸੰਸਥਾ ਵਿੱਚ ਕਈਓ ਜਿਹੇ ਲੋਕ ਆਉਣਗੇ, ਕਈਓ ਜਿਹੇ ਲੋਕ ਲਏ ਜਾਣਗੇ, ਕਈਓ ਜਿਹੀ ਪੈਰਾਮੀਟਰ ਸਥਾਪਿਤ ਕੀਤੇ ਜਾਣਗੇ, ਇਹ ਹਾਲੇ ਕਿਸੇ ਨੂੰ ਵੀ ਪਤਾ ਨਹੀਂ ਹੈ। ਪਰ ਉਹ ਅਕਾਲੀ ਜਥੇ ਬਣਾਉਣ ਵਾਲੇ ਪਾਸੇ ਕੌਮ ਨੂੰ ਤੋਰਨਾ ਚਾਹੁੰਦੇ ਨੇ।
ਇਹ ਇੱਕ ਸੰਦੇਸ਼ ਬਹੁਤ ਹੀ ਕਲੀਅਰ ਹੈ। ਹੁਣ ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਅਸੀਂ ਪੁੰਨ ਛਾਣ ਕਰਦੇ ਹਾਂ ਤਾਂ ਅਸੀਂ ਫਿਰ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸਿਆਸਤ ਵਿੱਚ ਸਿਆਸੀ ਤੌਰ 'ਤੇ ਕੌਮ ਕੋਲ ਫਿਰ ਆਪਸੀ ਵੋਟ ਵੰਡਣ ਵਾਸਤੇ 4 ਤੋਂ 5 ਆਪਣੀਆਂ ਧਿਰਾਂ ਹੋਣਗੀਆਂ ਅਤੇ ਧਾਰਮਿਕ ਤੌਰ 'ਤੇ ਵੋਟ ਵੰਡਣ ਵਾਸਤੇ ਵੀ 4 ਤੋਂ 5 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਧਿਰਾਂ ਹੋਣਗੀਆਂ ਅਤੇ ਸਿੱਖ ਦੇ ਖਿਲਾਫ ਖੜਾ ਹੋ ਕੇ ਇੱਕ ਨੂੰ ਹਰਾਏਗਾ, ਇੱਕ ਨੂੰ ਜਿਤਾਉਣ ਵਾਲੇ ਪਾਸੇ ਕੰਮ ਕਰੇਗਾ ਅਤੇ ਬਾਕੀ ਵੋਟਾਂ ਦੀ ਘਾਟ ਕਰਨ ਵਾਲੇ ਪਾਸੇ ਕੰਮ ਕਰਨਗੇ। ਕੀ ਇਸ ਢੰਗ ਨਾਲ ਜਿਹੜਾ ਕਿ ਇਹ ਲੋਕ ਕਹਿ ਰਹੇ ਨੇ, ਸਾਰੇ ਹੀ ਇਕਸਾਰਤਾ ਵਿੱਚ ਕਹਿ ਰਹੇ ਨੇ, ਚਾਹੇ ਉਹ ਡਿਬਰੂਗੜ੍ਹ ਵਾਲੇ ਨੇ, ਭਾਈ ਅੰਮ੍ਰਿਤਪਾਲ ਸਿੰਘ ਹੈ, ਵੈਸੇ ਕਾਨਫਰੰਸ ਵਿੱਚ ਸਰਦਾਰ ਸਰਬਜੀਤ ਸਿੰਘ ਐਮ ਪੀ ਕੀ ਬੋਲਿਆ, ਉਸ ਨੂੰ ਕਿਸੇ ਨੇ ਕੋਈ ਮਹੱਤਵ ਨਹੀਂ ਦਿੱਤਾ, ਪਰ ਉਹ ਵੀ ਬੋਲ ਰਿਹਾ, ਕਹਿ ਰਿਹਾ। ਉਹਨੇ ਵੀ ਕਿਹਾ ਸੀ ਮੈਂ ਅਕਾਲੀ ਦਲ ਬਣਾਊਂਗਾ, ਪਰ ਉਹ ਪੰਥ ਨੇ ਉਹਨੂੰ ਸ਼ਾਂਤ ਕਰ ਦਿੱਤਾ। ਰਾਜਦੇਵ ਸਿੰਘ ਨੇ ਵੀ ਕਿਹਾ ਸੀ ਕਿ ਸ਼ਹੀਦਾਂ ਦੇ ਸਰਤਾਜ ਅਕਾਲੀ ਦਲ ਬਣਾਉਣਗੇ, ਉਹ ਵੀ ਪੰਥ ਨੇ ਸ਼ਾਂਤ ਕਰ ਦਿੱਤਾ। ਪਰ ਹੁਣ ਡਿਬਰੂਗੜ੍ਹ ਵਾਲੇ ਵੀ ਕਹਿ ਰਹੇ ਨੇ ਕਿ ਅਸੀਂ ਅਕਾਲੀ ਦਲ ਅਕਾਲੀ ਜੱਥਿਆਂ ਵਿੱਚੋਂ ਸੁਰਜੀਤ ਕਰਾਂਗੇ। ਇਹਨਾਂ ਦੇ ਪਿੱਛੇ ਇੱਕ ਹਜੂਮ ਹੈ, ਇੱਕ ਤਾਕਤ ਹੈ, ਇੱਕ ਜਜ਼ਬਾ ਹੈ, ਪਰ ਉਹ ਕਿਹੜੀ ਲਾਈਨ 'ਤੇ ਕਿਵੇਂ ਹੈ ਇਸ ਦਾ ਹਾਲੇ ਤੱਕ ਕੁਛ ਨਹੀਂ ਪਤਾ। ਪਰ ਹੁਣ ਸਿਆਸੀ ਲਾਈਨ ਉਹਨਾਂ ਨੇ ਆਪਣੀ ਸਪਸ਼ਟ ਕਰ ਦਿੱਤੀ ਹੈ ਕਿ ਉਹੀ ਸਿਆਸੀ ਲਾਈਨ ਹੈ ਜਿਹੜੀ ਸਿਆਸੀ ਲਾਈਨ ਭਾਈ ਬਲਦੇਵ ਸਿੰਘ ਬਡਿਆਲਾ ਦੀ ਹੈ, ਦਲ ਖਾਲਸਾ ਦੀ ਹੈ, ਸਿਮਰਨਜੀਤ ਸਿੰਘ ਮਾਨ ਦੀ ਹੈ ਜਾਂ ਹੋਰ ਪੰਥਕ ਧਿਰਾਂ ਦੀ ਹੈ ਕਿ ਰਾਜ ਕਰੇਗਾ ਖਾਲਸਾ। ਹੁਣ ਰਾਜ ਕਰੇਗਾ ਖਾਲਸਾ ਦੇ ਕਨਸੈਪਟ ਵਿੱਚ ਸਭ ਦੇ ਕਨਸੈਪਟ ਅਤੇ ਪਰਿਭਾਸ਼ਾਵਾਂ ਕਲੀਅਰ ਨਹੀਂ ਨੇ, ਸਭ ਦੀਆਂ, ਕਿਸੇ ਨੇ ਵੀ ਇਹਦੀ ਵਿਆਖਿਆ ਨਹੀਂ ਕੀਤੀ ਹੈ। ਅਤੇ ਇਸ ਮੁੱਦੇ 'ਤੇ ਪੰਥ ਅਤੇ ਪੰਜਾਬ ਫਿਰ ਵੰਡਿਆ ਦਾ ਵੰਡਿਆ ਰਹਿ ਗਿਆ, ਜਿਵੇਂ ਧਾਰਮਿਕ ਮੁੱਦੇ 'ਤੇ ਵੰਡਿਆ ਦਾ ਵੰਡਿਆ ਰਹਿ ਗਿਆ। ਨਿਸ਼ਾਨਾ ਸਿਰਫ ਇੱਕੋ ਹੈ ਕਿ ਬਾਦਲਾਂ ਤੋਂ ਆਜ਼ਾਦ ਕਰਾਉਣਾ, ਅਤੇ ਸਾਰੇ ਕਹਿੰਦੇ ਐਂ ਨੇ ਕਿ ਬਾਦਲਾਂ ਦਾ ਕਬਜ਼ਾ ਤੋੜਾ ਕੇ ਅਸੀਂ ਆਪਣਾ ਕਬਜ਼ਾ ਕਰਨਾ। ਅਤੇ ਜਦ ਕਬਜ਼ੇ ਦੀ ਗੱਲ ਹੈ ਤਾਂ ਮੈਨੂੰ ਬਿਰਤੀ ਬਿਲਕੁਲ ਸਾਫ਼ ਹੈ। ਅਤੇ ਮੈਂ ਇਹ ਦੇਖ ਰਿਹਾ, ਮੇਰੀ ਨਿੱਜੀ ਰਾਏ ਹੈ, ਤੁਹਾਡਾ ਸਹਿਮਤ ਹੋਣਾ ਨਾ ਹੋਣਾ ਤੁਸੀਂ ਆਪਣੇ ਕਮੈਂਟਸ ਵਿੱਚ ਜ਼ਰੂਰ ਮੈਨੂੰ ਅਗਵਾਈ ਦਿਆ ਜੇ ਅਤੇ ਹੋਰ ਸੁਹਿਰਦ ਲੋਕਾਂ ਨੂੰ ਵੀ ਅਗਵਾਈ ਦਿਆ ਜੇ ਕਿ ਅਜਿਹੀ ਪੰਥਕ ਲਾਈਨ ਖਿੱਚਣ ਤੋਂ ਬਾਅਦ ਪੰਥ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੁਛ ਨਵਾਂ ਹੋਏਗਾ? ਫਿਰ ਪੁਰਾਣਾ ਦਾ ਪੁਰਾਣਾ ਹੀ ਠਰਰਾ ਰਹਿ ਗਿਆ, ਪੁਰਾਣੀ ਦੀ ਪੁਰਾਣੀ ਹੀ ਮਾਨਸਿਕਤਾ ਰਹਿ ਗਈ, ਪੁਰਾਣੀ ਦੀ ਪੁਰਾਣੀ ਹੀ ਪਹੁੰਚ ਰਹਿ ਗਈ ਅਤੇ ਪੁਰਾਣੀ ਦੀ ਪੁਰਾਣੀ ਹੀ ਪ੍ਰਵਰਤੀ ਰਹਿ ਗਈ। ਹੁਣ ਅਜਿਹੀ ਪ੍ਰਵਰਤੀ ਨੂੰ ਕੌਣ ਜੀਵਤ ਰੱਖਦਾ ਔਰ ਉਹ ਸਾਰਿਆਂ ਦੀ ਇੱਕੋ ਜਿਹੀ ਕਿਵੇਂ ਬਣ ਜਾਂਦੀ ਹੈ? ਉਸ ਤਾਕਤ ਨੂੰ ਲੱਭਣ ਦੀ ਲੋੜ ਹੈ। ਜੇ ਪੰਥ ਉਸ ਤਾਕਤ ਨੂੰ ਲੱਭ ਲਏਗਾ, ਉਸ ਦਿਨ ਪੰਥ ਸ਼ਾਇਦ ਆਪਣੀ ਕੋਈ ਨਵੀਂ ਲਕੀਰ ਖਿੱਚ ਲਏਗਾ। ਅਤੇ ਜਦ ਤੱਕ ਪੰਥ ਉਹ ਤਾਕਤ ਨਹੀਂ ਲੱਭਦਾ, ਉਦੋਂ ਤੱਕ ਪੰਥ ਇੰਝ ਹੀ ਕੁਰਾਹੇ ਪਿਆ ਰਹੇਗਾ, ਚੁਰਾਹੇ 'ਤੇ ਭਟਕਦਾ ਰਹੇਗਾ ਅਤੇ ਕਿਤੇ ਵੀ ਉਹਨੂੰ ਇੱਕ ਮੁੱਠਤਾ ਨਾਲ ਕੋਈ ਵੀ
ਸੱਤਾ ਮਿਲਣ ਦੀ ਆਸ ਮੈਨੂੰ ਨਹੀਂ ਹੈ। ਆਪਣੇ ਕਮੈਂਟਸ ਵਿੱਚ ਜਵਾਬ ਜ਼ਰੂਰ ਦਿਆ ਜੇ। ਦੂਸਰੀ ਗੱਲ ਮੈਂ ਅੱਜ ਇੱਕ ਹੋਰ ਤੁਹਾਡੇ ਨਾਲ ਕਰਨਾ ਚਾਹੁੰਦਾ, ਜਿਹੜੀ ਕਿ ਕਰਨੀ ਬਹੁਤ ਜ਼ਰੂਰੀ ਹੈ। ਉਸ ਗੱਲ ਦੀ ਭਾਵਨਾ ਹੈ ਜੇ ਕਿ ਆਪ ਸਾਰੇ ਹੀ ਜਿੰਨੇ ਵੀ ਸੋਸ਼ਲ ਮੀਡੀਆ 'ਤੇ ਹਾਂ ਜਾਂ ਜਿੰਨੇ ਵੀ ਵਟਸਐਪ ਯੂਨੀਵਰਸਿਟੀ 'ਚ ਹਾਂ, ਫੇਸਬੁੱਕ 'ਤੇ ਹਾਂ, ਅਸੀਂ ਸਾਰੇ ਸੂਚਨਾਵਾਂ ਇਕੱਠੀਆਂ ਕਰੀ ਜਾ ਰਹੇ ਹਾਂ ਅਤੇ ਅਸੀਂ ਵੀ ਸਿਰਫ ਡਾਟਾ ਇਕੱਠਾ ਕਰਨ ਵਾਲਾ ਇੱਕ ਕੰਪਿਊਟਰ ਬਣ ਕੇ, ਇੱਕ ਦਿਮਾਗ ਨੂੰ ਰੈਮ ਬਣਾ ਕੇ ਰੱਖ ਲਿਆ। ਅਸੀਂ ਕੰਮ ਕੁਛ ਵੀ ਨਹੀਂ ਕਰਨਾ ਚਾਹੁੰਦੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਹਨਾਂ ਡਾਟਾ ਇਕੱਠਾ ਕਰਨਾ, ਸਟੋਰ ਕਰਨਾ ਬੰਦ ਕਰੋ। ਬਹੁਤ ਹੋ ਗਿਆ ਸਟੋਰ, ਬਿਯੋਂਡ ਮਾਈਂਡ ਚਲਾ ਗਿਆ, ਜਿਹੜਾ ਕਿ ਹੁਣ ਗੜਬੜੀ ਪੈਦਾ ਕਰ ਰਿਹਾ, ਕੰਟਰਾਡਿਕਸ਼ਨ ਪੈਦਾ ਕਰ ਰਿਹਾ, ਵਿਰੋਧਾਭਾਸ ਅਜਿਹੇ ਆ ਰਹੇ ਨੇ ਜਿਹੜੇ ਸਾਨੂੰ ਕਿਤੇ ਵੀ ਇੱਕ ਮੁੱਦੇ 'ਤੇ ਲਿਜਾਣ ਦੇ ਕਾਬਲ ਨਹੀਂ ਰਹਿਣ ਦੇਣਗੇ। ਇਸ ਲਈ ਆਓ ਆਪਾਂ ਕੁਛ ਕਰਨ ਵਾਲੇ ਪਾਸੇ ਤੁਰੀਏ। ਜਿਹੜਾ ਜਿਹੜਾ ਵੀ ਸਿੰਘ ਪ੍ਰੈਕਟੀਕਲੀ ਕੁਛ ਕਰਨਾ ਚਾਹੁੰਦਾ, ਉਹ ਆਪਣੀ ਚੇਨ ਬਣਾਏ, ਆਪਣੀ ਚੇਨ ਬਣਾ ਕੇ ਪੂਰੇ ਪੰਜਾਬ ਵਿੱਚ ਇੱਕ ਚੇਨ ਦੇ ਰੂਪ ਵਿੱਚ, ਇੱਕ ਥਾਟ ਦੇ ਚੇਂਜ ਦੇ ਰੂਪ ਵਿੱਚ ਅਸੀਂ ਵਿਚਰੀਏ। ਅਜਿਹੀ ਸੰਭਾਵਨਾਵਾਂ ਬੜੀ ਵੱਡੀ ਜੇ। ਉਸ ਵਾਸਤੇ ਕਿਸੇ ਪਾਰਟੀ ਬਣਾਉਣ ਦੀ ਲੋੜ ਨਹੀਂ ਹੈ, ਉਸ ਵਾਸਤੇ ਕੋਈ ਸੰਸਥਾ ਬਣਾਉਣ ਦੀ ਲੋੜ ਨਹੀਂ ਹੈ, ਉਹਦੇ ਵਾਸਤੇ ਤੁਹਾਨੂੰ ਕਿਤੇ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ, ਉਹਦੇ ਵਾਸਤੇ ਤੁਹਾਨੂੰ ਧੜਾ ਬਣਾਉਣ ਦੀ ਵੀ ਲੋੜ ਨਹੀਂ ਹੈ। ਸਿਰਫ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਮਿਤ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਵਿਚਾਰਧਾਰਾ ਨੂੰ ਅਵਲ ਮੰਨ ਕੇ ਪੰਜਾਬ ਦੇ ਹਿੱਤ ਵਿੱਚ ਅਤੇ ਕੌਮ ਦੇ ਹਿੱਤ ਵਿੱਚ ਕੀ ਹੋਣਾ ਚਾਹੀਦਾ, ਉਹ ਲੋਕ ਜਿਹੜੇ ਘਰਾਂ 'ਚ ਬੈਠੇ ਨੇ, ਸਿਰਫ ਸੂਚਨਾਵਾਂ ਲਈ ਜਾ ਰਹੇ ਨੇ ਜਾਂ ਵੇਖੀ ਜਾ ਰਹੇ ਨੇ ਅਤੇ ਆਪਣੀ ਭੜਾਸ ਕੱਢੀ ਜਾ ਰਹੇ ਨੇ ਅਤੇ ਸਭ ਨੂੰ ਸੁਣੀ ਜਾ ਰਹੇ ਨੇ, ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਸਾਰਿਆਂ ਕੋਲ ਸਮਾਰਟਫੋਨ ਹੈ, ਆਪਣੇ ਸਮਾਰਟਫੋਨ ਦਾ ਇਸਤੇਮਾਲ ਕਰੋ ਅਤੇ ਸਮਾਰਟਫੋਨ ਦਾ ਇਸਤੇਮਾਲ ਕਰਕੇ ਇੱਕ ਆਪੋ ਆਪਣੇ ਗਰੁੱਪ ਬਣਾਓ, ਚੇਨ ਬਣਾਓ। ਧੜੇ ਨਹੀਂ ਬਣਾਉਣੇ, ਚੇਨ ਬਣਾਉਣੀ ਹੈ ਕਿ ਤੁਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਹੀ ਨਿਭੋਗੇ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਪੰਜਾਬ ਦਾ ਭਵਿੱਖ ਸੁਨਹਿਰਾ ਬਣਾਓਗੇ ਅਤੇ ਉਸੇ ਵਿਚਾਰਧਾਰਾ ਦੇ ਅੰਦਰ ਬਣਾਓਗੇ। ਇਸ ਲਈ ਆਪੋ ਆਪਣੇ ਟੈਲੀਫੋਨ ਤੋਂ ਸੁਨੇਹੇ ਭੇਜਣੇ ਸ਼ੁਰੂ ਕਰੋ ਅਤੇ ਜਿਹੜੇ ਇਸ ਚੇਨ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਉਹਦਾ ਇੱਕ ਕੇਂਦਰੀਕਰਕ੍ਰਿਤ ਨਮੂਨਾ ਵੀ ਪੇਸ਼ ਕਰੀਏ। ਜਿਹੜੇ ਵੀ ਗਰੁੱਪ ਬਣਦੇ ਨੇ, ਜਿਹੜੇ ਵੀ ਤੁਸੀਂ ਗਰੁੱਪ ਬਣਾਉਂਦੇ ਹੋ, ਚੇਨ ਬਣਾਉਂਦੇ ਹੋ, ਉਹ ਸਾਰੀਆਂ ਚੇਨਸ ਦੀ ਆਓ ਇੱਕ ਲੜੀ ਪਰੋਈਏ ਅਤੇ ਲੜੀ ਪਰੋਣ ਵਾਸਤੇ ਤੁਹਾਨੂੰ ਅਗਲੀ ਵੀਡੀਓ ਵਿੱਚ ਦਾਸ ਇੱਕ ਟੈਲੀਫੋਨ ਨੰਬਰ ਦਏਗਾ। ਉਸ ਟੈਲੀਫੋਨ ਨੰਬਰ 'ਤੇ ਤੁਸੀਂ ਆਪਣੀ ਮਿਸ ਕਾਲ ਦਿਆ ਜੇ ਕਿ ਬਈ ਅਸੀਂ ਇਸ ਚੇਨ ਨਾਲ ਜੁੜਨ ਲਈ ਤਿਆਰ ਹਾਂ, ਜਿਸ ਦਾ ਮਤਲਬ ਇਹ ਹੋਏਗਾ ਕਿ ਉਹ ਸ਼ਕਤੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਮਿਤ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਪੰਜਾਬ ਦਾ ਆਉਣ ਵਾਲਾ ਭਵਿੱਖ ਸਿਰਜਣ ਲਈ ਤਤਪਰ ਹੋ ਗਈ ਹੈ ਅਤੇ ਇੱਕ ਚੇਨ ਬਣਾ ਕੇ
ਖੜੀ ਹੋਣ ਲਈ ਤਿਆਰ ਹੋ ਗਈ ਹੈ। ਉਹ ਨੰਬਰ ਦਾਸ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸੇਗਾ। ਅਗਰ ਤੁਹਾਨੂੰ ਇਹ ਪ੍ਰਵਾਨ ਹੈ ਤਾਂ ਹੁਣੇ ਤੋਂ ਮੈਸੇਜ ਵੀ ਕਰ ਦਿਆ ਜੇ ਕਿ ਵੀ ਹਾਂ ਅਸੀਂ ਇਸ ਲਈ ਤਿਆਰ ਹਾਂ, ਕਾਮੈਂਟਸ ਵਿੱਚ ਲਿਖ ਕੇ ਦਿਆ ਜੇ। ਕਿੰਨੇ ਕੁ ਕਾਮੈਂਟਸ ਵਿੱਚ ਲਿਖ ਕੇ ਦਿੰਦੇ ਹੋ ਉਸ ਦਾ ਪਤਾ ਚੱਲ। ਉਸ ਦੇ ਵਾਸਤੇ ਤੁਸੀਂ ਕੁਛ ਵੀ ਨਹੀਂ ਕਰਨਾ, ਨਾ ਤੁਸੀਂ ਕੋਈ ਐਜੀਟੇਸ਼ਨ ਕਰਨੀ ਹੈ, ਨਾ ਕੋਈ ਬਿਆਨ ਦੇਣਾ, ਨਾ ਕਿਸੇ ਸਭਾ ਸੁਸਾਇਟੀ ਜਾਣਾ, ਨਾ ਕਿਸੇ ਸੈਮੀਨਾਰ ਵਿੱਚ ਜਾਣਾ, ਨਾ ਕਿਸੇ ਮੇਲੇ ਵਿੱਚ ਜਾਣਾ, ਨਾ ਕਿਸੇ ਕਾਨਫਰੰਸ ਵਿੱਚ ਜਾਣਾ। ਸਿਰਫ ਘਰ ਬੈਠੇ ਬੈਠੇ ਇੱਕ ਮਿਸ ਰਿੰਗ ਦੇ ਕੇ ਇੱਕ ਚੇਨ ਖੜੀ ਕਰਨੀ ਹੈ ਅਤੇ ਉਸ ਚੇਨ ਰਾਹੀਂ ਆਪੋ ਆਪਣਾ ਇੱਕ ਪ੍ਰਣ ਕਰੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਗੁਰੂ ਪੰਥ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਅੰਤਮ ਤੌਰ 'ਤੇ ਪਰੋਈ ਜਾਵਾਂਗੇ। ਬਸ ਇਹ ਇੱਕ ਚੇਨ ਹੈ, ਹੋਰ ਕੁਛ ਵੀ ਨਹੀਂ। ਯਾਦ ਰੱਖਿਆ ਜੇ ਇਹ ਬਹੁਤ ਕੁਛ ਕਰ ਸਕਦੀ ਹੈ ਅਤੇ ਆਉਣ ਵਾਲਾ ਭਵਿੱਖ ਸੁਨਹਿਰਾ ਬਣਾ ਸਕਦੀ ਹੈ। ਇਹਨਾਂ ਚੀਜ਼ਾਂ 'ਤੇ ਵਿਚਾਰ ਕਰਿਆ ਜੇ, ਕਾਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਆ ਜੇ। ਆਪਣੇ ਤਿੰਦਰਪਾਲ ਸਿੰਘ ਨੂੰ ਇਜਾਜ਼ਤ ਦਿਓ। ਇਜਾਜ਼ਤ ਦੇਣ ਤੋਂ ਪਹਿਲਾਂ C5 ਪੰਥ ਖਾਲਸਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਦਾ ਬਟਨ ਜ਼ਰੂਰ ਨੱਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।